ਕਿੱਦਾਂ ਜੀ? ਅੱਜ ਹੋਵੇ ਝੋਨੇ ਦੀ ਤਿਆਰੀ, ਝੋਨਾ ਹੋਇਓ ਆ ਮਗੇ, ਥੋੜ੍ਹਾ ਲੇਟ ਹੋ ਗਏ ਅਸੀਂ, ਮੌਸਮ ਖਰਾਬ ਹੋਣ ਕਰਕੇ, ਮੀਂਹ ਪੈ ਗਿਆ ਕਰਕੇ, ਨਹੀਂ ਤਾਂ ਹੁਣ ਤਾਂ ਅੱਧੇ ਵੱਢ ਦੇਣਾ ਸੀ। ਪਿੱਛੇ ਲਾਉਣ ਦੀ ਲੋੜ ਨਹੀਂ, ਕੋਈ ਖੇਤ ਕੇ ਵੱਢਣਾ ਲੋੜ ਆ ਪਿੱਛੇ। ਜਗਾੜ ਵਧੀਆ ਬਣਾਇਆ ਥੱਕ ਗਏ। ਉੱਧਰ ਬੱਤ ਵੀ ਪਾਈ ਆ ਨਾ, ਉੱਧਰ ਮਟਰਾਂ ਦੀ ਤਿਆਰੀ ਵੀ ਚੱਲਦੀ ਆ। ਹੁਣ ਬੜੇ ਜਿਹਾ ਹੋਇਆ, ਹੁਣ ਆਹ ਪੈਰ ਵਾ, ਪੈਰ ਚੱਕਣਾ ਅੱਗੇ ਉੱਤੇ ਬੰਦਾ ਟਾਲੀ ਜੇ ਲੜ ਕੇ ਜਾਂਦੇ ਸੀ, ਉਮਰ ਦੀ ਲਿਹਾਜ਼ ਨਾਲ ਹੀ ਆ। ਬਾਕੀ ਹੁਣ ਮਿਲਣਾ ਪਊਗਾ, ਹੁਣ ਬੜੇ ਜਿਹਾ ਹੋਇਆ। ਡਰ ਲੱਗਦਾ ਕਿਤੇ ਸਾਲਾ ਕੋਈ ਚਿੱਟਾ ਗੋਟਾ ਨਾ ਹੋਵੇ, ਇਹਨੂੰ ਤਾਂ ਫਾਇਦਾ ਨਹੀਂ ਕੋਈ ਟਰਾਲੀ 'ਚ ਲਾਉਣ ਦਾ, ਕਿਉਂਕਿ ਉੱਥੇ ਵੀ ਜਦੋਂ ਲੇਬਰ ਨੇ ਝੋਨਾ ਲਾਉਣਾ ਉਹਨੇ ਲਾਹ ਕੇ ਰੱਖ ਦੇਣੇ ਆ। ਬਿਹਤਰ ਇਹੀ ਆ ਕਿ ਇਹਨੂੰ ਹੀ ਅੰਦਰ ਸਾਂਭ ਕੇ ਰੱਖ ਲਓ। ਤੇ ਫਿਰ ਬਾਅਦ 'ਚ ਜਾਂਦੇ ਫੋਨ ਕੱਢਿਆ।
ਉੱਪਰ ਕਰ ਦੇਣਾ ਜੀ ਚੱਕ ਕੇ ਉੱਪਰ ਕਰ ਦੇਣਾ ਜੀ ਉੱਪਰ ਉਦੇ ਦੰਦ ਕੱਢਦਾ ਰਹਿੰਦਾ ਉਖਲਾਂ ਨੂੰ
ਮੇਰੇ ਹੱਥੀ ਚ ਪਾ ਲੈਂਦੇ ਧੱਕਾ ਲਾ ਦੇਣਾ ਸੀ ਛੋਟੇ ਹਾਥੀ ਦੇ ਮਗਰ ਟਰੱਕ ਪਾ ਕੇ ਛੋਟੇ ਹਾਥੀ ਨੂੰ ਟਰੱਕ ਪਾ ਕੇ ਮਗਰ ਪਿੱਛੇ ਮੋਹਰੇ ਨੀ ਪਿੱਛੇ ਚੱਲ ਢੋਲੀ ਜਾ ਲਿਆ ਆਪਣੀ ਡਿਊਟੀ ਪੂਰੀ ਕਰੋ
ਦਿਮਾਗ ਦਮੂਗ ਹੈ ਨੀ ਤੇਰਾ ਫੇ ਦੋ ਕੁ ਗਲਾਸ ਲੈ ਕੇ ਤੁਰ ਪਿਆ ਆਲੇ ਪੁੱਤ ਪਾਣੀ ਪੀ ਸਿਹਤ ਕਿੱਦਾਂ ਰਹਿੰਦੀ ਹੁਣ ਤੂੰ ਢਿੱਲਾ ਹੋ ਗਿਆ ਸੀ ਇਹ ਤਾਂ ਹੁਣ ਵਧੀਆ ਹੋਣੀ ਆ ਬੜਾ ਵਿਗੜ ਗਿਆ ਸੀ ਮੈਨੂੰ ਲੱਗਦਾ ਪਾਣੀ ਹੋਰ ਪਾਸੇ ਲੈ ਗਿਆ ਉਹ ਵੀ ਖਾਣਾ ਸੀ ਮੈਂ ਦਾਣੇ ਦਾਣੇ ਤੇ ਮੋਹਰ ਵਾ ਉਹ ਲੈ ਚਾਹ ਪਾ ਦੇ ਜਿਵੇਂ ਚਾਹ ਪਾ ਪਾਣੀ ਤਾਂ ਐਵੇਂ ਹੋਰ ਪਕਾਇਆ ਭਾਂਡੇ ਪੁੱਤ ਸਾਰੇ